ਆਖਰੀ ਵਾਰੀ ਮੇਰੀ ਦੋ ਵਾਰੀ ਗੱਲ ਹੋਈ, ਇੱਕ ਦੋਵੇਂ ਗੱਲਾਂ ਕੀਤੀਆਂ ਮੇਰੀ ਧੀ ਨੇ, ਹੋਰ ਕੋਈ ਕੀਤੀਆਂ ਹੀ ਨਹੀਂ। ਮੰਮੀ ਕੀ ਹਾਲ ਚਾਲ ਆ, ਹੋਰ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੀ ਧੀ ਨੇ, ਨਹੀਂ ਮੇਰੇ ਨਾਲ ਕੋਈ ਦੁੱਖ ਦੀ ਕੀਤੀ, ਨਹੀਂ ਮੇਰੇ ਨਾਲ ਕੋਈ ਸੁੱਖ ਦੀ ਕੀਤੀ। ਮੇਰੀ ਧੀ ਆਖਣ ਲੱਗੀ, ਮੰਮੀ ਭਲ ਕੇ ਮੈਂ ਫਰੀ ਹੋਣਾ ਫਿਰ ਮੈਂ ਗੱਲਾਂ ਕਰੂੰ ਤੇਰੇ ਨਾਲ, ਹੈਂ ਅੱਜ ਤਾਂ ਮੈਂ ਹੁਣੇ ਹੀ ਅਜੇ ਕੰਮ ਤੋਂ ਆਈ ਹਾਂ ਅਤੇ ਆਣ ਕੇ ਮੈਂ ਅਜੇ ਰੋਟੀ ਪਾਣੀ ਖਾਣਾ ਆ। ਮੇਰੇ ਨਾਲ ਹੋਰ ਕੋਈ ਗੱਲ ਨਹੀਂ ਮੇਰੀ ਧੀ ਨੇ ਕੀਤੀ, ਨਾ ਮੇਰੇ ਨਾਲ ਦੋ ਦਿਨ ਪਹਿਲਾਂ ਹੀ ਕਰ ਲਈ ਜਿਹੜੀ ਗੱਲ ਕਰਨੀ, ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮਕਾਨ ਉਹਨਾਂ ਨੇ ਬਣਾਇਆ? ਹਾਂਜੀ, ਮਕਾਨ ਅੜਾ ਪੀ ਦੇ ਕੇ ਮੇਰੀ ਧੀ ਆਉਂਦੀ, ਡੈਡੀ ਪਾ ਤੇਰੇ ਮਾੜੇ ਕੋਠੇ, ਗਰੀਬ ਆਦਮੀ ਬਣਿਆ ਆ ਤੂੰ ਚੰਗੇ ਕੋਠੇ ਪਾ। ਮੇਰੀ ਧੀ ਆਖਣ ਲੱਗੀ, ਡੈਡੀ ਸੋਹਣਾ ਲੱਗੇਗਾ, ਤੇਰੀ ਧੀ ਬਾਹਰ ਗਈ ਆ। ਪਰ ਮੇਰੀ ਧੀ ਮੇਰੇ ਘਰ ਇੱਕ ਫੇਰਾ ਪਾ ਜਾਂਦੀ, ਡੈਡੀ ਦੇ ਕਮਰੇ ਕੁਮਰੇ ਵੇਖ ਜਾਂਦੀ ਅਤੇ ਮੈਨੂੰ ਠੰਡ ਪੈ ਜਾਂਦੀ। ਹੁਣ ਮੈਨੂੰ ਕੁਛ ਨਹੀਂ ਦੀਦਾ, ਮੈਂ ਧੀ ਤੋਂ ਬਿਨਾਂ ਤਾਂ ਅੰਨੀ ਹੋ ਗਈ ਹਾਂ, ਮੈਨੂੰ ਕੁਛ ਨਹੀਂ ਦੀਦਾ, ਨਾ ਮੈਨੂੰ ਕੁਛ ਚੰਗਾ ਹੀ ਲੱਗਦਾ। ਮੈਂ ਤਾਂ ਰੋਂਦੀ ਫਿਰਦੀ ਹਾਂ, ਧੀਏ ਤੂੰ ਤਾਂ ਮੈਂ ਫੁੱਲਾਂ ਵਾਂਗੂ ਤੁਰਗੀਓ, ਹੱਸਦੀ ਖੇਡਦੀ, ਮੇਰੇ ਨਾਲ ਕੋਈ ਗੱਲਾਂ ਕਰ ਲੈਂਦੀਓ, ਪੁੱਛਦੀਓ ਮੰਮੀਏ ਤੇਰਾ ਕੀ ਹਾਲ ਆ। ਪਤਾ ਹੀ ਨਹੀਂ ਲੱਗਾ ਮੇਰੀ ਧੀ ਨਾਲ ਕੀ ਬਣਿਆ ਕੀ ਨਹੀਂ ਬਣਿਆ, ਮੇਰਾ ਤਾਂ ਦਿਲ। ਹਾਂਜੀ, ਮੈਂ ਵੇਖਣਾ ਚਾਹੁੰਦੀ ਹਾਂ, ਮੈਂ ਨਹੀਂ, ਮੈਂ ਆਪਣੀ ਧੀ ਨੂੰ ਮੂੰਹ ਹੀ ਵੇਖ ਲਾਂ, ਆਪਣੀ ਧੀ ਦਾ ਦਰਸ਼ਨ ਮੇਲੇ ਕਰ ਲਾਂ, ਮੁੜ ਕੇ ਤਾਂ ਮੈਨੂੰ ਧੀ ਨੇ ਕਦੇ ਲੱਭਣਾ ਹੀ ਨਹੀਂ ਗਾ। ਜਿੰਨਾ ਮਰਜ਼ੀ ਖੂਹੀ ਜਾਲ ਪਾਊਂ ਪਰ ਮੈਨੂੰ ਧੀ ਨਹੀਂ ਲੱਭਣੀ, ਮੈਨੂੰ ਧੀ ਨਹੀਂ ਲੱਭਣੀ। ਮੇਰੇ ਦੋਵੇਂ ਬੱਚੇ ਹੀ ਸਰਫੇ ਦੇ, ਮੈਂ ਤਾਂ ਤਰਲੇ ਹੀ ਲੈਂਦੀ ਰਹੀ ਨਹੀਂ, ਮੇਰੀਏ ਪਲਵਿੰਦਰੇ ਮੈਨੂੰ ਮਿਲ ਜਾ। ਹਾਏ ਨਹੀਂ ਲੋਕਡਾਊਨ ਮੰਮੀਏ ਲੱਗਾ ਆਇਆ, ਮੈਂ ਆ ਨਹੀਂ ਸਕਦੀ, ਮੈਂ ਆ ਨਹੀਂ ਸਕਦੀ। ਮੇਰੀ ਧੀ ਤਰਲੇ ਹੀ ਲੈਂਦੀ ਰਹੀ, ਵਿਆਹ ਤਾਂ ਵਿਚਾਰੀ ਦਾ ਉੱਧਰ ਹੀ ਹੋਇਆ, ਕੋਰਟ ਮੈਚ ਵਿਆਹ ਦੀ ਰੀਝ ਹੀ ਅਜੇ ਆਉਂਦੀ, ਮੰਮੀ ਇੱਧਰ ਕਰਾਊਂ ਵਿਆਹ ਚੰਗਾ ਚੜਾ ਪਾ ਕੇ, ਇੱਧਰੇ ਕਰਾਊਂ, ਰੀਝਾਂ ਤਾਂ ਉਹਦੀਆਂ ਵਿੱਚ ਹੀ ਰਹਿ ਗਈਆਂ, ਵਿੱਚ ਹੀ ਰਹੀਆਂ। ਕੋਈ ਉਹਨੇ ਆਪਣੀ ਦਿਲ ਦੀ ਗਲਤੀ ਇਸ ਤਰ੍ਹਾਂ ਮੇਰੇ ਨਾਲ ਚੱਜ ਨਾਲ ਕੀਤੀ ਹੀ ਨਹੀਂ ਆਉਂਦੀ, ਕੋਈ ਨਹੀਂ ਮੈਂ ਆ ਹੀ ਜਾਣਾ, ਮੈਂ ਇੱਧਰ ਆ ਹੀ ਜਾਣਾ, ਲੋਕਡਾਊਨ ਖੋਲ੍ਹ ਹੀ ਜਾਣਾ। 2 ਸਾਲ ਲੱਗਾ, 2 ਸਾਲ ਲੰਘਦਿਆਂ ਕਿਹੜਾ ਚਿਰ ਲੱਗਦਾ, ਪਰ ਮੈਂ ਹੁਣ ਆਉਂਦੀ, ਮੈਂ ਆਪਣੀ ਧੀ ਦਾ ਮੂੰਹ ਵੇਖ ਲਵਾਂ, ਮੈਨੂੰ ਤਸੱਲੀ ਹੋ ਜੇ। ਰਣਜੀਤ ਸਿੰਘ, ਮੇਰੀ ਬੇਟੀ ਦਾ ਨਾਂ ਪਲਵਿੰਦਰ ਕੌਰ ਹੈ। ਕੱਲ੍ਹ ਉਹ ਆਪਣਾ ਇੱਥੋਂ ਪੜ੍ਹਾਈ ਕਰਕੇ ਨਿਊਜ਼ੀਲੈਂਡ ਸਟੱਡੀ ਵੀਜ਼ੇ 'ਤੇ ਗਈ ਸੀ। ਉੱਥੇ ਜਾ ਕੇ ਉਹ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ 'ਚ ਨਰਸਿੰਗ ਦਾ ਜੋਬ ਕਰਦੀ ਸੀ। ਰਾਤ ਨੂੰ ਆਪਣੀ ਡਿਊਟੀ ਤੋਂ 11 ਵਜੇ ਵਾਪਸ ਘਰ ਆ ਰਹੀ ਸੀ ਅਤੇ ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ। ਉਸ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੋ ਗਈ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਮੇਰੀ ਧੀ ਦੀ ਜਿਹੜੀ ਲਾਸ਼ ਹੈ ਉਹ ਮੈਨੂੰ ਮਿਲ ਜਾਵੇ, ਡੈੱਡ ਬੋਡੀ ਮੇਰੇ ਤੱਕ ਪਹੁੰਚ ਜਾਵੇ, ਜੋ ਕਿ ਮੈਂ ਉਹਦੇ ਅੰਤਿਮ ਦਰਸ਼ਨ ਕਰ ਸਕਾਂ ਔਰ ਆਪਣਾ ਸਾਰੇ ਉਹਦੇ ਜੋ ਕਾਰ ਵਿਹਾਰ ਆ ਪੂਰੇ ਕਰ ਸਕਣ। ਇਹੋ ਮੇਰੀ ਦੋ ਸਰਕਾਰਾਂ ਅੱਗੇ ਬੇਨਤੀ ਆ। ਜੋ ਨਿਊਜ਼ੀਲੈਂਡ ਦੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਸਾਇਟੀ ਆ, ਉਹਨਾਂ ਦਾ ਬਹੁਤ ਧੰਨਵਾਦ ਆ। ਉਹਨਾਂ ਸਾਨੂੰ ਇੱਕ ਆਸ ਦਿੱਤੀ ਹੈ ਕਿ ਅਸੀਂ ਵੀਰਵਾਰ ਉਸ ਬੱਚੀ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਅਸੀਂ ਇੰਡੀਆ ਵਾਸਤੇ ਟਿਕਟ ਲੈ ਕੇ ਫਲੈਟ ਦੇ ਵਿੱਚ ਬਿਠਾ ਦੇਵਾਂਗੇ। ਮਰਨ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਦੀ ਗੱਲ ਹੋਈ ਆ, ਬਹੁਤ ਵਧੀਆ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਧੀ ਨੇ, ਕੋਈ ਉਹਨੂੰ ਚਿੱਤ ਚੇਤਾ ਨਹੀਂ ਸੀ ਵੀ ਮੇਰੇ ਨਾਲ ਆਹ ਹਾਦਸਾ ਹੋ ਜਾਊਗਾ। ਸੁਪਨਾ ਉਹਦਾ ਇਹੋ ਸੀ ਵੀ ਮੇਰੇ ਬਾਪ ਦਾ ਸੋਹਣਾ ਘਰ ਹੋਵੇ, ਵਧੀਆ ਰਹਿਣ। ਮੇਰਾ ਇਹਨਾਂ ਨੇ ਭਵਿੱਖ ਬਣਾਇਆ ਵਾ, ਪੜ੍ਹਾਇਆ ਲਿਖਾਇਆ ਮੈਨੂੰ, ਹੁਣ ਉਹਨਾਂ ਨੇ ਮੇਰੇ ਵਾਸਤੇ ਬਹੁਤ ਕੁਛ ਕੀਤਾ ਸੀ ਪਰ ਰੱਬ ਨੂੰ ਮਨਜ਼ੂਰ ਨਹੀਂ ਹੋਇਆ, ਜੋ ਕਿ ਹੁਣ ਉਹ ਸਾਡੇ ਵਿੱਚ ਨਹੀਂ ਰਹੀ। ਹਾਂਜੀ ਹਾਂਜੀ, ਉਹਦਾ ਇਹੋ ਹੀ ਸੀ, ਮੈਂ ਜਦੋਂ ਇਸ ਘਰ ਦੇ ਵਿੱਚ ਆਵਾਂ ਆਪਣੇ ਹੱਥੀਂ ਆ ਕੇ ਮੇਰੀ ਪੂਰੀ ਜੋ ਖੁਸ਼ੀ ਪੂਰੀ ਕਰਾਂ, ਆਪਣੇ ਵੀਰ ਨੂੰ ਘਰ ਸੱਦਾਂ, ਉਹਦੇ ਸ਼ਗਨ ਵਿਹਾਰ ਕਰਾਂ, ਜੋ ਮਾਲਕ ਨੂੰ ਮਨਜ਼ੂਰ ਆ ਹੋਇਆ ਉਹੀ ਹੈ ਜੀ। ਪਤਾ ਸਾਨੂੰ ਸਵੇਰੇ ਉੱਥੋਂ ਫੋਨ ਆਇਆ ਵਾ, ਕੁਲਵਿੰਦਰ ਕੌਰ ਦਾ ਇਤਰਾ ਇਤਰਾ ਐਕਸੀਡੈਂਟ ਹੋ ਗਿਆ, ਉਹਦੀ ਮੌਤ ਹੋ ਗਈ। ਆਪਣੀ ਗੱਡੀ 'ਤੇ ਡਿਊਟੀ ਕਰਕੇ ਆ ਰਹੀ ਸੀ, ਇੱਧਰੋਂ ਇੱਕ ਬੰਦਾ ਕੋਈ ਸ਼ਰਾਬੀ ਸੀ ਉੱਧਰ ਦਾ ਗੋਰਾ, ਉਹਨੇ ਨਸ਼ਾ ਕੀਤਾ, ਨਸ਼ੇ ਦੇ ਵਿੱਚ ਉਹ ਰੋਂਗ ਸਾਈਡ ਤੋਂ ਮੁੜ ਗਿਆ,
ਜੋ ਉਹਦੀ ਗੱਡੀ ਸੀ ਉਹ ਜਾ ਕੇ ਇਹਦੇ ਵਿੱਚ ਵੱਜ ਗਈ। ਗੱਡੀ 'ਤੇ ਸੀ, ਉਹ ਗੱਡੀ ਵੱਡੀ ਸੀ, ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਮੇਰੀ ਹਿਸਾਬ ਨਾਲ ਮੌਤ ਹੋ ਗਈ ਹੈ। ਥੋੜ੍ਹੀ ਦੂਰ ਗਿਆ ਹੈਲੀਕਾਪਟਰ ਦੇ ਵਿੱਚ, ਰਸਤੇ ਦਮ ਤੋੜ ਗਈ ਹੈ। ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਕਰਕੇ ਜਾਣਾ ਪੈ ਰਿਹਾ। ਨਾ ਸਾਡੇ ਇੰਡੀਆ ਦੇ ਵਿੱਚ ਕਿਤੇ ਜੋਬ ਆ, ਅਤੇ ਨਾ ਹੀ ਉਹ ਸਾਡੇ ਬੱਚਿਆਂ ਨੂੰ ਜੋਬ ਦੇਣਾ ਚਾਹੁੰਦੇ ਆ, ਨਾ ਹੀ ਉਹਨਾਂ ਨੂੰ ਪੜ੍ਹਨ ਦੇਣਾ ਚਾਹੁੰਦੇ ਆ। ਇਹ ਸਿਰਫ ਸਾਡੀਆਂ ਸਰਕਾਰਾਂ ਦੀਆਂ ਗਲਤੀਆਂ ਨੇ, ਹੋਰ ਅਸੀਂ ਉਹਨਾਂ ਨੂੰ ਕੀ ਕਹਿਣਾ। ਉਹ ਸਰਕਾਰ ਦੀ ਵੀ ਗਲਤੀ ਘੱਟ ਆ, ਕੁਛ ਅਫਸਰਾਂ ਦੀਆਂ ਗਲਤੀਆਂ ਨੇ ਜਿਹੜੇ ਇਹ ਕੰਮ ਨਹੀਂ ਕਰਨਾ ਚਾਹੁੰਦੇ। ਰਿਸ਼ਵਤਾਂ ਲੈਂਦੇ ਆ, ਬੱਚਿਆਂ ਨੂੰ ਸਰਵਿਸਾਂ ਨਹੀਂ ਦਿੰਦੇ। ਜੇ ਸਰਕਾਰ ਉਹਨਾਂ 'ਤੇ ਕੋਈ ਸ਼ਿਕੰਜਾ ਕੱਸੇ ਅਤੇ ਰਿਸ਼ਵਤਵਾਰੀ ਨਾ ਚੱਲੇ ਤਾਂ ਆਪੇ ਸਿਰ ਉਸ ਬੱਚੇ ਨੂੰ ਮਿਲ ਜਾਵੇ। ਹੁਣ ਜਨਵਰੀ ਦੇ ਵਿੱਚ ਉਹਨਾਂ ਦੀ ਆਸ ਸੀ ਲੋਕਡਾਊਨ ਖੁੱਲ੍ਹਦਿਆਂ ਸਾਰ ਅਸੀਂ ਜਨਵਰੀ 'ਚ ਆਵਾਂਗੇ, ਪਰ ਲੋਕਡਾਊਨ ਤਾਂ ਨਹੀਂ ਖੁੱਲ੍ਹਿਆ, ਉਹਦਾ ਪੱਕਾ ਹੀ ਲੱਗ ਗਿਆ ਵਿਚਾਰੀ ਦਾ, ਜੋ ਝੂਠ ਮਾਰ ਕੇ ਸਰਕਾਰਾਂ ਨੇ ਲੋਕਡਾਊਨ ਲਾਏ ਆ।